ਸੰਗਰੂਰ ਪਹੁੰਚੇ ਹੋ ਸਰ, ਕਿਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਗਈ ਆ ਜਿਹੜੇ ਹੜ੍ਹ ਪੀੜਤ ਕਿਸਾਨਾਂ ਦੇ ਮਦਦ ਲਈ ਖੇਤੀਬਾੜੀ ਮਹਿਕਮੇ ਵੱਲੋਂ? ਅੱਜ ਪੰਜਾਬ ਤੇ ਬਹੁਤ ਔਖ ਦੀ ਘੜੀ ਹੈ। ਵੱਡੀ ਬਾਰਿਸ਼ ਨੇ ਤੇ ਹੜ੍ਹਾਂ ਦੇ ਜਿਹੜਾ ਮਾਹੌਲ ਬਣ ਗਿਆ ਸੀ, ਬਹੁਤ ਸਾਰੇ ਜ਼ਿਲ੍ਹੇ ਉਹਦੇ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ, ਜਿਹਦੇ 'ਚ ਸਾਡੇ ਕਿਸਾਨ ਜਿਹੜੇ ਮਾਹਰ ਹੈ ਯੂਨੀਵਰਸਿਟੀ ਦੇ ਅਤੇ ਹੋਰ ਉਹਨਾਂ ਤੋਂ ਇਹ ਰਾਇ ਲੈ ਕੇ ਵੀ ਬਾਅਦ ਵਿੱਚ ਕੀ ਹੋ ਸਕਦਾ। ਪਛੇਤੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਉਹਨਾਂ ਦੀ ਅਸੀਂ ਪਨੀਰੀ ਲਵਾ ਰਹੇ ਹਾਂ, ਤਕਰੀਬਨ ਜਿਹੜੀ 2.5 ਲੱਖ ਕਿੱਲੇ ਤੱਕ ਉਹ ਅਸੀਂ ਚਾਹੁੰਦੇ ਹਾਂ ਵੀ ਅਸੀਂ ਪਹੁੰਚਾ ਦਈਏ। ਵੈਸੇ ਨੁਕਸਾਨ ਜ਼ਿਆਦਾ ਹੋਇਆ ਕਈ ਥਾਵਾਂ 'ਤੇ, ਤਾਂ ਜਿਹੜੀ ਜ਼ਮੀਨ ਉਸ ਤਰ੍ਹਾਂ ਤਿਆਰ ਨਹੀਂ ਹੋ ਸਕਣੀ। ਕਈ ਥਾਵਾਂ 'ਤੇ ਜਿਵੇਂ ਲੈਵਲ ਹੈ ਜਿਹੜੇ ਖੇਤ ਹੈ ਉਹਨਾਂ ਵਿੱਚ ਜ਼ਰੂਰ ਦੁਬਾਰਾ ਜੇ ਬਾਰਿਸ਼ ਰੁਕ ਜੇ, ਕੁਦਰਤ ਪਰਮਾਤਮਾ ਹੁਣ ਸਾਡਾ ਸਾਥ ਦੇਵੇ, ਤਾਂ ਅਸੀਂ ਫਿਰ ਤਕੜੇ ਹੋ ਕੇ ਇਸ ਮੁਸੀਬਤ 'ਚੋਂ ਨਿਕਲ ਕੇ ਫਿਰ ਅਸੀਂ ਨਵੀਂ ਜ਼ਿੰਦਗੀ 'ਚ ਦੁਬਾਰਾ ਰਲ ਜਾਵਾਂਗੇ। ਬਿਜਾਈ ਕਰਵਾਈ ਹੈ ਸਰ, ਜਿਵੇਂ ਆਮ ਲੋਕ ਕਿਸਾਨ ਵੀ ਅੱਗੇ ਆ ਰਹੇ ਨੇ, ਕਿਸਾਨ ਆਪਣੇ ਤੌਰ 'ਤੇ ਕਿਸਮ ਤੁਸੀਂ ਉਹ ਕਰਦੇ ਹੋ ਕਿ ਖੇਤੀਬਾੜੀ ਉਹ ਵੇਖੋ, ਖੇਤੀਬਾੜੀ ਮਹਿਕਮਾ ਜੀ PR 126 ਅਤੇ 1500 ਇਹਦੀ ਜ਼ਿਆਦਾ ਆ, ਅਤੇ ਇਹ ਪਛੇਤੀਆਂ ਹੋ ਜਾਂਦੀਆਂ। ਇਹਦੇ 'ਚ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਆਪਣੇ ਤੌਰ 'ਤੇ ਟੈਲੀਫੋਨ ਇੱਕ ਲਾਈਨ ਹੈਲਪ ਲਾਈਨ ਦਿੱਤੀ ਗਈ ਆ, ਉਹਦੇ 'ਚ ਦੱਸਿਆ ਗਿਆ ਕਿਸੇ ਨੂੰ ਲੋੜ ਆ ਦੱਸ ਦਿਓ ਕੋਈ, ਉਹਨਾਂ ਦੇ ਉਹ ਵੀ ਦੱਸ ਰਹੇ ਆ ਵੀ ਅਸੀਂ ਬੀਜੀ ਬੈਠੇ ਹਾਂ ਕਿਤੇ ਪਹੁੰਚਾਉਣੀ ਆ ਤਾਂ, ਔਰ ਆਪ ਟਰੈਕਟਰਾਂ 'ਤੇ ਤਿਆਰ ਹੈ। ਮੈਨੂੰ ਇਹ ਵੀ ਲੱਗਦਾ ਜੇ ਥੋੜ੍ਹਾ ਜਿਹਾ ਸਮਾਂ ਆਜੂ, ਜਿਵੇਂ ਕਿਸਾਨ ਮੋਰਚੇ 'ਚ ਵੀ ਲੋਕ ਨਾ ਇਸ ਨੂੰ ਰੋਟੀ ਰੋਜੀ ਸਮਝ ਕੇ ਚੱਲ ਪਏ ਸੀ, ਇਸ ਨੂੰ ਪੰਜਾਬ ਨੂੰ ਬਚਾਉਣ ਲਈ ਉਹ ਖੇਤੀ ਕਰਾਉਣ ਲਈ ਵੀ ਆਪਦੇ ਟਰੈਕਟਰ ਲੈ ਕੇ ਇਹਨਾਂ ਕਿਸਾਨਾਂ ਦੀ ਮਦਦ ਲਈ ਆ ਸਕਦੇ ਆ। ਗੱਲ ਨਹੀਂ, ਪੰਜਾਬ ਜਿਹੜਾ ਉਹ ਪੰਜਾਬ ਜਿਹੜਾ ਬਾਈ ਪੂਰੀ ਦੁਨੀਆ ਨੂੰ ਬਚਾਉਣ ਵਾਲਾ, ਪੂਰੇ ਲੋਕਾਂ ਨੂੰ ਪੇਟ ਭਰਨ ਵਾਲਾ ਪੰਜਾਬ ਹੈ। ਦੁਨੀਆ ਭਰ 'ਚ ਕਿਤੇ ਕੁਦਰਤੀ ਆਫਤ ਆ ਜੇ, ਰੈੱਡ ਕਰੋਸ ਉੱਥੇ ਪਹੁੰਚੇ ਨਾ ਪਹੁੰਚੇ, ਹੋਰ ਕੋਈ ਪਹੁੰਚੇ ਨਾ ਪਹੁੰਚੇ, ਸਾਡਾ ਗੁਰੂ ਕਾ ਲੰਗਰ ਤਾਂ ਉੱਥੇ ਚੱਲ ਹੀ ਪੈਂਦਾ। ਸੋ ਅਸੀਂ ਤਾਂ ਲੋਕਾਂ ਦੇ ਪੇਟ ਭਰਨ ਵਾਲੇ। ਹਜੇ ਐਕਸਟਰਾ ਕੋਈ ਪੈਕੇਜ ਨਹੀਂ ਭੇਜਿਆ ਅਤੇ ਨਾ ਹੀ ਅਸੀਂ ਮੰਗਿਆ, ਉਦੋਂ ਮੰਗਾਂਗੇ ਜਦੋਂ ਸਾਰਾ ਸਾਨੂੰ ਹਿਸਾਬ ਲੱਗ ਜੂਗਾ। ਅਸੀਂ ਸਿੱਧੇ ਹੀ ਨਹੀਂ ਕਹਿ ਦਾਂਗੇ ਇੰਨੇ ਕਰੋੜ ਦਾ ਨੁਕਸਾਨ ਹੋ ਗਿਆ, ਜਦੋਂ ਹਿਸਾਬ ਲੱਗ ਜੂਗਾ ਅਸੀਂ ਪੈਸੇ ਮੰਗ ਲਾਂਗੇ, ਦੇਣੇ ਹੋਏ ਦੇ ਦੇਣ, ਨਹੀਂ ਸਾਡੇ ਕੋਲ ਆਪਣੇ ਵੀ, ਅਸੀਂ ਆਪਣੇ ਆਪਣੇ ਉਹ ਕਰ ਲਾਂਗੇ, ਅਸੀਂ ਕੋਈ ਭੀਖ ਨਹੀਂ ਮੰਗਣੀ ਪੈਣੀ। ਅਸੀਂ ਵੇਖੋ, ਉਸ ਤੋਂ ਤਾਂ ਹਰ ਇੱਕ ਨੂੰ ਡਰ ਲੱਗਦਾ। ਮੈਂ ਤਾਂ ਅੱਗੇ ਵੀ ਕਹਿੰਦਾ ਵੀ ਰੱਬ ਪਰਮਾਤਮਾ ਜਾਂ ਕੁਦਰਤ ਉਹਦੇ ਨਾਲ ਸਾਡਾ ਕੋਈ ਮੁਕਾਬਲਾ ਤਾਂ ਹੈ ਨਹੀਂ, ਅਸੀਂ ਤਾਂ ਉਹਦੇ ਅਧੀਨ ਹੈ। ਪਰ ਫਿਰ ਵੀ ਜਿਹੜੀ ਅਸੀਂ ਇਨਸਾਨੀਅਤ ਤੌਰ 'ਤੇ ਮਨੁੱਖਤਾ 'ਚ ਜੋ ਇੱਕ ਦੂਜੇ ਦਾ ਦੁੱਖ ਵੰਡਾ ਸਕਦੇ ਹਾਂ, ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ, ਉਹ ਕਰਦੇ ਹਾਂ। ਵੱਡਾ ਨੁਕਸਾਨ ਹੈ ਇਹਦੇ 'ਚ ਵੀ, ਮੈਂ ਪਹਿਲਾਂ ਵੀ ਗੱਲ ਕਹਿੰਦਾ ਵੀ ਅਸੀਂ ਇਸ ਦੇਸ਼ ਲਈ, ਭਾਰਤ ਲਈ, ਹਿੰਦੁਸਤਾਨ ਲਈ ਜਾਨਾਂ ਵੀ ਵਾਰੀਆਂ, ਸਰਹੱਦਾਂ 'ਤੇ ਵੀ ਲੜਦੇ ਹਾਂ, ਅੱਜ ਤੱਕ ਵੀ ਸਾਡੇ ਜਵਾਨ ਬਹੁਤ ਵਿਚਾਰੇ ਰੋਜ਼ ਹੀ ਤੁਸੀਂ ਆਉਂਦੇ ਹੈ। ਔਰ ਜੇ ਦੇਸ਼ ਕਿਤੇ ਭੁੱਖਮਰੀ ਵੀ ਦੀ ਲੰਘਦਾ ਸੀ, ਲਾਲ ਬਹਾਦਰ ਸ਼ਾਸਤਰੀ ਹੋਰਾਂ ਨੇ ਜੇ ਸੱਦਾ ਦਿੱਤਾ ਸੀ, ਤਾਂ ਉਹਦੇ ਵਿੱਚ ਉਦੋਂ ਹਰਿਆਣਾ ਵੀ ਸਾਡਾ ਨਾਲ ਹੀ ਸੀ। ਅਸੀਂ ਤਾਂ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਜਿਹੜਾ ਹੱਲਾ, ਜਿਹੜੀ ਵੱਡੀ ਹਿੰਮਤ ਮਾਰੀ, ਅਤੇ ਉਹ ਜਿਹੜੀ ਹਰੀ ਕ੍ਰਾਂਤੀ ਰਾਹੀਂ ਉਹ ਭੰਡਾਰ ਭਰੇ ਹੀ ਨਹੀਂ, ਸਮਾਂ ਇਹ ਜਿਹੜਾ ਅਨਾਜ ਵਾਫਰ ਕਰ ਦਿੱਤਾ ਹੈਗਾ। ਤੋ ਅਸੀਂ ਦੇਸ਼ ਦੀ ਤਰੱਕੀ ਲਈ, ਦੇਸ਼ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਵੱਧ ਤੋਂ ਵੱਧ ਹਿੱਸਾ ਪਾਇਆ। ਤੋ ਅੱਜ ਜੇ ਪੰਜਾਬ 'ਤੇ ਇਹ ਔਖ ਦੀ ਘੜੀ ਆਈ ਹੈ, ਇਹ ਦੁਖਦਾਈ ਸਮਾਂ ਹੈ, ਇਹ ਬਿਪਤਾ ਹੈ, ਇਹਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਭਾਰਤ ਦੀ ਸਰਕਾਰ ਵੱਲੋਂ ਚਾਹੀਦਾ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ, ਜਿੱਥੇ ਫਸਲਾਂ ਤਾਂ ਦਿਸ ਰਹੀਆਂ, ਉਹ ਤੋਂ ਇਲਾਵਾ ਸੜਕਾਂ ਟੁੱਟ ਗਈਆਂ, ਮਕਾਨ ਬਹੁਤ ਸਾਰੇ ਡਿੱਗ ਗਏ, ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ, ਉਹ ਭਰਪਾਈ ਕਰਨ ਲਈ ਉਹ ਸਾਡੀ ਵੱਡੀ ਮਦਦ ਕਰਨ। ਕੀ ਤੁਸੀਂ ਇਸ ਵਾਰ ਤੁਸੀਂ ਜਾ ਰਹੇ ਹੋ ਸਰ ਖੇਤੀਬਾੜੀ ਮੰਤਰੀ ਨਾਲ ਮਿਲੋਗੇ? ਦੇਖੋ, ਇੱਕ ਵੱਡੀ ਨੁਕਸਾਨ ਆ ਜਿਹੜਾ ਪੰਜਾਬ ਦਾ ਹੋਇਆ, ਜ਼ਰੂਰ ਸਰਕਾਰ ਵੱਲੋਂ, ਚਾਹੇ ਮੁੱਖ ਮੰਤਰੀ ਸਾਹਿਬ ਚਾਹੇ ਮੇਰੀ ਡਿਊਟੀ ਲੱਗੇ ਅਸੀਂ, ਕਿਉਂਕਿ ਅਸੀਂ ਉੱਥੇ ਹੀ ਰੱਖ ਸਕਦੇ ਹਾਂ ਨਾ ਵੀ ਸਾਨੂੰ ਸਾਡੀ ਮਦਦ ਕੀਤੀ ਜਾਵੇ।
पैकेज का जो अजे तक तुम भी जानते अंदाजा लाया ही नहीं जा सकता उत्ते भी खड़ा अजे जो सू किसी गलते अं निबड़ गए तो पता लगेगा भी असं हूँ यद अनुमान ला अजे अनुमान लाने की बजाए असी कला दुख ही बना सकते हैं दूसरे का तो भी दस तेन खेतीबाड़ी मंत्री वालों की तुहाडे नाल इस मसले देखो कि लगातार पिछले कई हफ्ते तो ज्यादा समा हो गया हड़ आए नूं संपर्क किया गया कितना नुकसान तुहाडा होया केंद्र संपर्क च है जां नहीं अजे तक जिहड़ी उन्होंने कुछ सहायता दित्ती भी है पर उह नगुनी है उहदे च ना फिर जे आऊगा तो जिहड़ा अनुमान की गल है थोड़े दिन अज नहीं मैं कह सकदा इहदे तां अजे पता ही नहीं जिहड़ा पानी सुकदा हैगा पशु किवें फिरदे आ बचणगे की करनगे वड्डा जानी माली नुकसान बिल्डिंगा का नुकसान खेती का नुकसान वो सारा अनुमान लाना अजे टाइम लग जूगा पंजाब के हालात तुम भी जानते हैं बहुते अद्धा पंजाब तो वैसे ही असी तो इन्होंने दाणिया के सिर ती जाने दाणिया के सिर ती तरक्की करते हैं दाणिया के सिर ती साडा पंजाब चलता अद्धा पंजाब तो हुण वैसे तबाही वल आ गया तो अजे पंजाब को अपने तो समर्था नहीं भी असं एडा वड्डा दुख मंडा सकी एडे वड्डी भरपाई करिए जे सेंटर की गौरमेंट करूगी तो जरूर पंजाब सरकार पूरी तत्पर है असी किसानां दे नाल असी पंजाब वासियां दे नाल इतों के बछिंदियां दे नाल खड़े।